ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਮਨ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ, ਜੋ ਕਿ ਪੰਜਾਬ ਦੇ ਫੂਡ ਵਿਭਾਗ ਦੇ ਵਿੱਚ ਨਿਕਲ ਕੇ ਆਇਆ ਚੰਡੀਗੜ੍ਹ ਦੇ ਵਿੱਚ। ਸੋ ਇਸ ਦੇ ਵਿੱਚ ਅਲੱਗ ਅਲੱਗ ਵੈਕੈਂਸੀਆਂ ਆਊਟ ਕੀਤੀਆਂ ਗਈਆਂ ਨੇ, ਕਿੱਦਾਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ, ਮੈਂ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਾਂਗਾ ਕਿ ਐਲੀਜੀਬਿਲਿਟੀ ਕੀ ਮੰਗੀ ਗਈ ਹੈ ਇਸ ਦੇ ਵਿੱਚ, ਅਤੇ ਵੈਕੈਂਸੀਜ਼ ਕਿਹੜੀਆਂ ਕਿਹੜੀਆਂ ਆਊਟ ਹੋਈਆਂ ਨੇ, ਨੋਟੀਫਿਕੇਸ਼ਨ ਕਿੱਥੋਂ ਮਿਲੇਗਾ। ਸੋ ਪੂਰਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ। ਅਗਰ ਫਸਟ ਟਾਈਮ ਤੁਸੀਂ ਚੈਨਲ 'ਤੇ ਆ ਰਹੇ ਹੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਔਰ ਨਾਲ ਦੀ ਨਾਲ ਬੈੱਲ ਆਈਕਨ ਵੀ ਦਬਾ ਦੇਣਾ, ਜਿਹਦੇ ਨਾਲ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓਗੇ ਜੀ। ਇਸ ਤੋਂ ਇਲਾਵਾ ਬਹੁਤ ਸਾਰੀਆਂ ਇੱਦਾਂ ਦੀਆਂ ਵੈਕੈਂਸੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਵਿੱਚ ਵੀਡੀਓ ਨਹੀਂ ਬਣਾ ਪਾਉਂਦੇ ਹਾਂ, ਜਾਂ ਫਿਰ ਕੋਈ ਐਡਮਿਟ ਕਾਰਡ, ਜਾਂ ਫਿਰ ਕੋਈ ਰਿਜ਼ਲਟ, ਜਾਂ ਫਿਰ ਕਿਸੇ ਤਰ੍ਹਾਂ ਦੇ ਇਗਜ਼ਾਮ ਜਿਹੜੇ ਨੇ ਉਹਦੇ ਰਿਲੇਟਡ ਅਪਡੇਟ ਆਉਂਦਾ ਹੈ ਤਾਂ ਅਸੀਂ ਆਪਣੀ ਵੈਬਸਾਈਟ 'ਤੇ ਅਪਡੇਟ ਕਰ ਦਿੰਦੇ ਹਾਂ, ਜਿਨ੍ਹਾਂ ਨੂੰ ਤੁਸੀਂ ਜਾ ਕੇ ਚੈੱਕ ਕਰਕੇ ਜਿਹੜੇ ਜੀ ਉਹਦੇ ਲਈ ਅਪਲਾਈ ਕਰ ਸਕਦੇ ਹੋ ਜਾਂ ਅਪਡੇਟ ਲੈ ਸਕਦੇ ਹੋ। ਉਹਦੇ ਲਈ ਸਿੰਪਲੀ ਤੁਸੀਂ ਜਾ ਕੇ ਗੂਗਲ 'ਚ ਟਾਈਪ ਕਰਨਾ ਹੈ clery.com, ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਏਗੀ। ਉੱਥੋਂ ਤੁਸੀਂ ਸਾਰੇ ਹੀ ਅਪਡੇਟ ਜਿਹੜੇ ਨੇ ਲੈ ਸਕਦੇ ਹੋ ਫਰੀ ਆਫ ਕੋਸਟ, ਔਰ ਤੁਹਾਡੀ ਈਮੇਲ ID ਦੇ ਵਿੱਚ ਨਾਲ ਦੇ ਨਾਲ ਅਪਡੇਟ ਹੋ ਜਾਣਗੇ ਜਦੋਂ ਵੀ ਕੋਈ ਵੀ ਰਿਕਰੂਟਮੈਂਟ ਰਿਲੇਟਡ ਨੋਟੀਫਿਕੇਸ਼ਨ ਆਊਟ ਹੋਏਗਾ ਜੀ। ਸੋ ਉਸ ਤੋਂ ਬਾਅਦ ਤੁਹਾਨੂੰ ਦੱਸਣਾ ਚਾਹਾਂਗਾ, ਅਗਰ ਕਿਸੇ ਗਵਰਨਮੈਂਟ ਜੋਬ ਦੀ ਤੁਸੀਂ ਤਿਆਰੀ ਕਰ ਰਹੇ ਹੋ, ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ, ਜਲਦੀ ਨਾਲ ਜਾ ਕੇ ਡਾਊਨਲੋਡ ਕਰ ਲਓ ਅਤੇ ਆਪਣੀ ਤਿਆਰੀ ਜਿਹੜੀ ਹੈ ਜੀ ਤੁਸੀਂ ਪੱਕੀ ਕਰ ਸਕਦੇ ਹੋ ਜੀ। ਅਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ 'ਤੇ, ਅਤੇ ਉੱਥੇ ਜਾ ਕੇ ਦੱਸਦਾ ਪੂਰੀ ਜਾਣਕਾਰੀ। ਇਹ ਤੁਸੀਂ ਨੋਟੀਫਿਕੇਸ਼ਨ ਦੇਖ ਪਾ ਰਹੇ ਹੋ, ਜੋ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੋਮ ਡਿਪਾਰਟਮੈਂਟ ਨੂੰ ਅਲੋਟ ਕੀਤਾ ਗਿਆ, ਜੋ ਕਿ ਫੂਡ ਐਂਡ ਸਪਲਾਈ ਐਂਡ ਕੰਜ਼ਿਊਮਰ ਅਫੇਅਰ ਐਂਡ ਲੀਗਲ ਮੈਟਰੋਲੋਜੀ ਦੇ ਵਿੱਚ ਆਊਟ ਕੀਤਾ ਗਿਆ। ਇਸ ਦੇ ਵਿੱਚ ਐਪਲੀਕੇਸ਼ਨ ਇਨਵਾਈਟਸ ਕੀਤੀਆਂ ਗਈਆਂ ਨੇ, ਜੋ ਕਿ ਸਟੇਟ ਕੰਜ਼ਿਊਮਰ ਡਿਸਪਿਊਟ ਰੀਡਰੈਸਲ ਕਮਿਸ਼ਨ ਦੇ ਵਿੱਚ ਐਂਡ ਡਿਸਟ੍ਰਿਕਟ ਕੰਜ਼ਿਊਮਰ ਰੀਡਰੈਸਲ ਕਮਿਸ਼ਨ ਦੇ ਵਿੱਚ ਆਊਟ ਕੀਤੀਆਂ ਗਈਆਂ ਨੇ ਚੰਡੀਗੜ੍ਹ ਦੇ ਵਿੱਚ। ਸੋ ਇਸ ਦੇ ਵਿੱਚ ਵੈਕੈਂਸੀਜ਼ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਦਾ, ਇਹਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਅਮੇਜ਼ਿੰਗ ਰਿਸੋਰਸ ਦੇ ਬਾਰੇ ਵਿੱਚ, ਜਿਹਦੇ ਵਿੱਚ ਤੁਹਾਨੂੰ DSA ਲਰਨ ਕਰਨ ਦੇ ਵਿੱਚ, ਮਤਲਬ ਕਿ ਜਿਹਦੇ ਵਿੱਚ ਡਾਟਾ ਸਟਰਕਚਰ ਅਤੇ ਐਲਗੋਰਿਦਮ ਨੂੰ ਤੁਸੀਂ ਲਰਨ ਕਰ ਸਕਦੇ ਹੋ, ਔਰ ਤੁਸੀਂ ਇੱਕ ਪਾਰਟ ਬਣ ਸਕਦੇ ਹੋ ਇੱਕ ਐਸੀ ਕਮਿਊਨਿਟੀ ਦਾ ਜਿਹਦੇ ਵਿੱਚ ਪ੍ਰੋਗਰਾਮਰ ਪਲੱਸ ਮੋਟੀਵੇਟਿਡ ਸਟੂਡੈਂਟ ਜਿਹੜੇ ਨੇ ਇਕੱਠੇ ਆਉਂਦੇ ਨੇ, ਜਿਹਦੇ ਵਿੱਚ ਉਹ ਲਰਨ ਕਰਦੇ ਨੇ ਪਲੱਸ ਇੱਕ ਬੈਟਰ ਪ੍ਰੋਗਰਾਮ ਬਣਨ ਦੇ ਲਈ। ਸੋ ਇਹ ਚੈਨਲ ਦੇ ਬਾਰੇ ਵਿੱਚ ਤੁਹਾਨੂੰ ਦੱਸਣਾ ਚਾਹਾਂਗਾ, ਕੋਡ ਟ੍ਰਾਈਬ ਇੱਕ ਚੈਨਲ ਹੈ ਜਿਸ ਦੇ ਵਿੱਚ ਤੁਸੀਂ ਬੈਸਟ ਪ੍ਰੋਗਰਾਮਿੰਗ ਐਜੂਕੇਟਰਸ ਦੇ ਨਾਲ ਇੰਟਰੈਕਟ ਕਰ ਸਕਦੇ ਹੋ, ਜੋ ਕਿ ਕੰਟਰੀ ਦੇ ਵਿੱਚ ਬੈਸਟ ਨੇ, ਔਰ ਇਹਨਾਂ ਨੇ ਤੁਹਾਨੂੰ ਪੂਰੀ ਟੋਪ ਕਲਾਸਿਸ ਲਰਨਿੰਗ ਕੰਟੈਂਟ ਦੇ ਰਿਲੇਟਡ ਦਿੰਦੇ ਨੇ, ਜੋ ਕਿ ਡੇਟਾ ਸਟਰਕਚਰ ਪਲੱਸ ਐਲਗੋਰਿਦਮ ਦੇ ਬਾਰੇ ਵਿੱਚ ਤੁਹਾਨੂੰ ਕਲਾਸਿਸ ਦਿੰਦੇ ਨੇ। ਸੋ ਇਸ ਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਚੈਨਲ ਦੇ ਉੱਪਰ ਤੁਸੀਂ ਲਾਈਵ ਉਹਨਾਂ ਨਾਲ ਇੰਟਰੈਕਟ ਹੋ ਸਕਦੇ ਹੋ, ਉਹ ਤੁਹਾਨੂੰ ਲਾਈਵ ਕਲਾਸਿਸ ਦੇਣਗੇ, ਤੁਸੀਂ ਇਹਦੇ ਵਿੱਚ ਰਿਕਾਰਡਿਡ ਲੈਕਚਰ ਅਤੇ ਸੀਰੀਜ਼ ਜਿਹੜੀਆਂ ਤੁਹਾਨੂੰ ਮਿਲਣਗੀਆਂ, ਪਲੱਸ ਕੁਛ ਇੱਕ ਜਿਹੜੇ ਨੇ ਫਨ ਸੈਸ਼ਨ ਵੀ ਤੁਹਾਨੂੰ ਇਹਦੇ ਵਿੱਚ ਮਿਲਣਗੇ ਫਰੀ ਆਫ ਕੋਸਟ। ਸੋ ਤੁਸੀਂ ਇਹ ਸਾਰੇ ਹੀ ਸਾਰੇ ਸੈਸ਼ਨ ਜਿਹੜੇ ਨੇ ਅਵੇਲੇਬਲ ਨੇ ਯੂਟਿਊਬ ਦੇ ਉੱਪਰ ਇਟਸੈਲਫ। ਸੋ ਤੁਸੀਂ ਜਿਹੜਾ ਜੀ ਜਾ ਕੇ ਆਪਣੇ ਕੰਫਰਟ ਦੇ ਅਕੋਰਡਿੰਗਲੀ ਉਹਨਾਂ ਨੂੰ ਦੇਖ ਸਕਦੇ ਹੋ ਔਰ ਲਰਨ ਕਰ ਸਕਦੇ ਹੋ ਪ੍ਰੋਗਰਾਮਿੰਗ, ਔਰ ਇੱਕ ਵਧੀਆ ਪ੍ਰੋਗਰਾਮਰ ਬਣ ਸਕਦੇ ਹੋ। ਸੋ ਤੁਸੀਂ ਕਿਸ ਚੀਜ਼ ਦਾ ਵੇਟ ਕਰ ਰਹੇ ਹੋ, ਇੱਕ ਬ੍ਰਾਂਡ ਨਿਊ ਡਾਇਨਾਮਿਕ ਪ੍ਰੋਗਰਾਮਿੰਗ ਨਾਮ ਤੋਂ ਸੀਰੀਜ਼ ਜਿਹੜੀ ਹੈ ਜਿਹਨਾਂ ਨੇ ਸ਼ੁਰੂ ਕੀਤੀ ਹੈ, ਜਿਸ ਦੇ ਵਿੱਚ ਉਹ ਹੈਲਪ ਕਰਦੇ ਨੇ ਤੁਹਾਨੂੰ ਵੈਲ ਵਰਸਡ ਹੋਣ ਦੇ ਵਿੱਚ, ਜੋ ਕਿ ਡਾਇਨਾਮਿਕ ਪ੍ਰੋਗਰਾਮਿੰਗ ਦੇ ਵਿੱਚ, ਜੋ ਕਿ ਜਸਟ 2 ਘੰਟੇ ਦਾ ਹੈ। ਇਸ ਸੀਰੀਜ਼ ਦੇ ਵਿੱਚ ਤੁਹਾਨੂੰ ਜਿਹੜਾ ਹੈ ਜੀ ਪੂਰੀ ਉੱਪਰ ਤੋਂ ਲੈ ਕੇ ਤੁਸੀਂ ਦੇਖ ਪਾ ਰਹੇ ਹੋ ਥੱਲੇ ਤੱਕ ਪੂਰੇ ਦੇ ਪੂਰੇ ਜਿਹੜੇ ਨੇ ਉਹ ਸੀਰੀਜ਼ ਹੈਗੀਆਂ ਨੇ। ਸੋ ਸੈਸ਼ਨ ਨੇ ਉਹ ਤੁਸੀਂ ਜਦੋਂ ਮਰਜ਼ੀ ਆਪਣੇ ਕੰਫਰਟ ਦੇ ਅਕੋਰਡਿੰਗਲੀ ਦੇਖ ਸਕਦੇ ਹੋ, ਔਰ ਪਲੱਸ ਇਸ ਦੇ ਵਿੱਚ ਤੁਸੀਂ ਜਿਹੜਾ ਤੁਹਾਨੂੰ ਵੇਟ ਨਹੀਂ ਕਰਨਾ ਪਏਗਾ ਕਿਸੇ ਵੀ ਚੀਜ਼ ਦਾ। ਸੋ ਤੁਸੀਂ ਆਪਣੇ ਕੰਫਰਟ ਦੇ ਅਕੋਰਡਿੰਗਲੀ ਇਹ ਸੈਸ਼ਨ ਜਿਹੜੇ ਨੇ ਅਟੈਂਡ ਕਰ ਸਕਦੇ ਹੋ। ਸੋ ਕਿਸ ਚੀਜ਼ ਦਾ ਵੇਟ ਕਰ ਰਹੇ ਹੋ, ਜਲਦੀ ਨਾਲ ਜਾ ਕੇ ਸਬਸਕ੍ਰਾਈਬ ਕਰ ਲਓ ਫਰੀ ਆਫ ਕੋਸਟ, ਔਰ ਤੁਸੀਂ ਇੱਕ ਪਾਰਟ ਬਣ ਸਕਦੇ ਹੋ ਰੈਵੋਲਿਊਸ਼ਨ ਦਾ, ਜੋ ਕਿ ਇੱਕ ਡੈਮੋਕ੍ਰੇਟਾਈਜ਼ ਪ੍ਰੋਗਰਾਮਿੰਗ ਐਜੂਕੇਸ਼ਨ ਗਰੁੱਪ ਹੈ। ਸੋ ਜਲਦੀ ਨਾਲ ਜਾ ਕੇ ਤੁਸੀਂ ਜਿਹੜਾ ਜੀ ਇਹਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ। ਸਭ ਤੋਂ ਪਹਿਲਾਂ ਵੈਕੈਂਸੀਜ਼ ਦੀ ਅਗਰ ਗੱਲ ਕਰੀਏ ਤਾਂ ਇਸ ਦੇ ਵਿੱਚ ਸਟੇਟ ਕੰਜ਼ਿਊਮਰ ਡਿਸਪਿਊਟ ਰੀਡਰੈਸਲ ਕਮਿਸ਼ਨ ਦੇ ਵਿੱਚ ਮੈਂਬਰਸ ਦੀਆਂ 2 ਪੋਸਟਾਂ ਜਿਹੜੀਆਂ ਨੇ ਉਹ ਵੇਕੈਂਟ ਨੇ, ਉਹ ਆਊਟ ਕੀਤੀਆਂ ਗਈਆਂ ਨੇ। ਡਿਸਟ੍ਰਿਕਟ ਕਮਿਸ਼ਨ 1 ਐਂਡ 2 ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਮਿਸ਼ਨ 1 ਦੀ 1 ਪੋਸਟ ਆਊਟ ਹੋਈ ਹੈ ਜੀ, ਔਰ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਮਿਸ਼ਨ ਪੋਸਟ ਦੀ 1 ਪੋਸਟ ਹੋਰ ਜਿਹੜੀ ਹੈ ਜੀ ਆਊਟ ਕੀਤੀ ਗਈ ਹੈ ਇਸ ਦੇ ਵਿੱਚ। ਨੈਕਸਟ ਅਗਰ ਗੱਲ ਕਰੀਏ ਡਿਟੇਲ ਨੋਟਿਸ ਜਿਹੜਾ ਹੈ ਜੀ ਰਿਗਾਰਡਿੰਗ ਅਪੁਆਇੰਟਮੈਂਟ ਮੈਂਬਰ ਆਫ ਸਟੇਟ ਡਿਸਪਿਊਟ ਰਿਡਰੈਸਲ ਦਾ, ਉਹ ਜਿਹੜਾ ਹੈਗੇ ਜੀ ਉਹ ਤੁਹਾਨੂੰ ਇਹਨਾਂ ਦੀ ਵੈਬਸਾਈਟ 'ਤੇ ਅਵੇਲੇਬਲ ਮਿਲੇਗਾ। ਵੈਬਸਾਈਟ ਤੁਸੀਂ ਦੇਖ ਪਾ ਰਹੇ ਹੋ www.chdfood.gov.in। ਇੱਥੋਂ ਤੁਸੀਂ ਜਿਹੜਾ ਹੈ ਜੀ ਸਭ ਤੋਂ ਪਹਿਲਾਂ ਤਾਂ ਐਪਲੀਕੇਸ਼ਨ ਔਰ ਪਲੱਸ ਨੋਟੀਫਿਕੇਸ਼ਨ ਦੋਨੋਂ ਹੀ ਡਾਊਨਲੋਡ ਕਰ ਪਾਓਗੇ। ਸੋ ਡਿਟੇਲ ਨੋਟੀਫਿਕੇਸ਼ਨ ਨੂੰ ਇੱਕ ਵਾਰੀ ਤੁਸੀਂ ਡਾਊਨਲੋਡ ਕਰ ਜਾਣਾ ਹੈ ਜੀ, ਕਰ ਲੈਣਾ ਜੀ, ਉਹਨੂੰ ਪ੍ਰੋਪਰ ਇੱਕ ਵਾਰੀ ਪੜ੍ਹ ਲੈਣਾ, ਕਿਉਂਕਿ ਉਹਦੇ ਵਿੱਚ ਮਾਈਟ ਵੀ ਹੋ ਸਕਦਾ ਕੁਛ ਨਾ ਕੁਛ ਚੇਂਜਸ ਹੋਣ, ਜਾਂ ਫਿਰ ਜਿਹੜੀ ਐਲੀਜੀਬਿਲਿਟੀ ਹੈ ਉਹ ਪ੍ਰੋਪਰ ਡਿਟੇਲ 'ਚ ਉਹਨਾਂ ਨੇ ਲਿਖੀ ਹੋਵੇ ਉਹ ਤੁਸੀਂ ਪੜ੍ਹ ਲੈਣੀ।
ਦਿੱਤੇ ਗਏ ਐਡਰੈਸ ਜਿੱਦਾਂ ਕਿ ਉਹਨਾਂ ਨੇ ਲਿਖਿਆ ਹੋਇਆ ਦ ਜੁਆਇੰਟ ਸੈਕਟਰੀ ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਯੂਟੀ ਸੈਕਟਰੇਟ ਸੈਕਟਰ 9 ਚੰਡੀਗੜ੍ਹ ਨੂੰ ਜਿਹੜੀ ਹੈ ਜੀ 13 ਅਕਤੂਬਰ 2021 ਸ਼ਾਮ 5 ਵਜੇ ਤੱਕ ਜਿਹੜਾ ਜੀ ਤੁਸੀਂ ਸੈਂਡ ਕਰ ਦੇਣਾ ਹੈ। ਇਹ ਨੋਟੀਫਿਕੇਸ਼ਨ ਜੁਆਇੰਟ ਸੈਕਟਰੀ ਫੋਰ ਸੈਕਟਰੀ ਫੂਡ ਐਂਡ ਸਪਲਾਈ ਜਿਹੜਾ ਜੀ ਵੱਲੋਂ ਆਊਟ ਕੀਤਾ ਗਿਆ ਹੈ। ਸੋ ਇਸ ਦੇ ਵਿੱਚ ਅਗਰ ਤੁਸੀਂ ਹਾਲੇ ਤੱਕ ਅਪਲਾਈ ਨਹੀਂ ਕੀਤਾ ਜਲਦੀ ਨਾਲ ਜਾ ਕੇ ਅਪਲਾਈ ਕਰ ਲਵੋ। ਮੈਂ ਤੁਹਾਨੂੰ ਸਾਰੇ ਲਿੰਕ ਜਿਹੜੇ ਡਿਸਕ੍ਰਿਪਸ਼ਨ ਦੇ ਦਾਂਗਾ ਕਿਉਂਕਿ ਮੈਂ ਚੈੱਕ ਕੀਤਾ ਸੀ ਹਾਲੇ ਵੈਬਸਾਈਟ 'ਤੇ ਉਹਨਾਂ ਨੇ ਜਿਹੜਾ ਜੀ ਹਾਲੇ ਅਪਲੋਡ ਨਹੀਂ ਕੀਤਾ ਹੈ। ਜੇ ਅਪਲੋਡ ਹੋ ਜਾਂਦਾ ਜਿੱਦਾਂ ਹੀ ਮੈਂ ਤੁਹਾਨੂੰ ਲਿੰਕ ਵੈਸੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਹੀ ਜਾਏਗਾ, ਤੁਸੀਂ ਚੈੱਕ ਕਰਕੇ ਇਹਦੇ ਲਈ ਅਪਲਾਈ ਜ਼ਰੂਰ ਕਰਨਾ ਹੈ ਜੀ। ਇਹ ਨੋਟੀਫਿਕੇਸ਼ਨ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਆਊਟ ਕੀਤਾ ਗਿਆ, ਲੇਕਿਨ ਡਿਪਾਰਟਮੈਂਟ ਜਿਹੜਾ ਹੈ ਜੀ ਫੂਡ ਐਂਡ ਸਪਲਾਈ ਐਂਡ ਕੰਜ਼ਿਊਮਰ ਅਫੇਅਰ ਵੱਲੋਂ ਆਊਟ ਕੀਤਾ ਗਿਆ। ਸੋ ਤੁਸੀਂ ਅਗਰ ਅਪਲਾਈ ਕਰਨਾ ਚਾਹੁੰਦੇ ਹੋ ਜਲਦੀ ਨਾਲ ਜਾ ਕੇ ਅਪਲਾਈ ਕਰ ਲਵੋ, ਠੀਕ ਹੈ ਜੀ। ਨੋਟੀਫਿਕੇਸ਼ਨ ਅਗਰ ਹਾਲੇ ਉਹਨਾਂ ਨੇ ਅਪਲੋਡ ਕਰ ਦਿੱਤਾ ਹੋਏਗਾ ਤਾਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ। ਸੋ ਇਸ ਤੋਂ ਇਲਾਵਾ ਹੋਰ ਵੀ ਕਈ ਨੋਟੀਫਿਕੇਸ਼ਨ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਆਊਟ ਹੋਏ ਨੇ, ਜਾਂ ਆਲ ਇੰਡੀਆ ਦੀ ਗੱਲ ਕਰੀਏ ਤਾਂ ਆਲ ਇੰਡੀਆ ਤੋਂ ਵੀ ਬਹੁਤ ਸਾਰੇ ਨੋਟੀਫਿਕੇਸ਼ਨ ਜਿਹੜੇ ਨੇ ਪੰਜਾਬ ਕੈਂਡੀਡੇਟ ਦੇ ਲਈ ਵੀ ਆਊਟ ਕੀਤੇ ਗਏ ਨੇ। ਜਲਦੀ ਨਾਲ ਜਾ ਕੇ ਤੁਸੀਂ ਅਪਲਾਈ ਕਰ ਲਵੋ ਜੀ, ਮੈਂ ਤੁਹਾਡੇ ਲਈ ਇਸੇ ਤਰ੍ਹਾਂ ਨੋਟੀਫਿਕੇਸ਼ਨ ਲੈ ਕੇ ਆਉਂਦਾ ਹੀ ਰਹਾਂਗਾ। ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਜਿਹੜਾ ਕਿ ਆਊਟ ਕੀਤਾ ਗਿਆ। ਹੁਣ ਮੈਂ ਤੁਹਾਨੂੰ ਮਿਲਾਂਗਾ ਜੀ ਨਵੀਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।